हाँ भाई साहब, ब्याह ते जाना है कि नहीं जाना है? जे यही तेरे सोहरिया दे ब्याह होंदा ना, तो जनाब ने 2 घंटे पहले ही निकल जाना सी। मेरी भैन दे मुंडे दा ब्याह है ते निकलन दा ना ही नहीं लै रहा। ओ मम्मी, पैक करते टाइम ज्यादा लग गया, गुस्सा क्यों होने हो? गड्डी तैयार आओ चलिए। तेरी मैडम ने पेके जाना होवे ना ते 4 दिन पहले ही पैकिंग शुरू हो जांदी है, ते जदों मेरे नाल जाना है ते हुणे तुहाडी पैकिंग हो रही है बस। मम्मी क्यों एवें पारा हाई कीता है? जदों किते आना जाना हुंदा तुसीं एवें कलेश पा के बह जांदे हो। हाँ मैं तो कलेश पानी हाँ, तुसीं तां मियां बीबी कुछ भी नहीं करदे। ओ मम्मी छड़ दो हुण, जाओ बैग लैके आओ अंदरों, मैं गड्डी च रखा। ते ओ तेरी महाराणी हले तक उतरे नहीं। मम्मी आंदी पई आ, ओहो जाओ तुसीं बैग लैके आओ। जनानी दा गुलाम ना होवे तां आओ आओ महारानी जी आओ। मैडम कर ले ड्रामे, जदों तेरे पेके ब्याह होया ना तेनू मैं ड्रामे करके विखावांगी। मम्मी कुड़ी भी तैयार करनी सी, मुंडा भी तैयार करना सी, टाइम लग जांदा, क्यों गुस्से होई जाने हो? गुस्से तो तेनू मैं होके दिखाऊंगी जदों तेरे पेक्यों कोई आया, ते जा अंदर लॉक लाया ते मेरा बैग चक लिया। होर हाँ ती ए स्यापा दलिद्दर, मेरी नूह ते मेरा मुंडा निकलन दा ना ही नहीं लै रहे। हाँ बस बैग ही गड्डी च आ गई। मम्मी तुसी अग्गे बह जांदे, मैं बह जांदी पिछे, कोई ना। चल चल मैं अपनी धी नाल इत्थे बैठांगी, तू बह अग्गे जाके। आ जा धीए, उत्थे खड़ी की वेखदी, आ जल्दी। आ जनानी दे गुलाम नूं उतारो, आ मेरा बैग आके चक्के। जावे भैन दा बैग रख जाके। ना मम्मी तुसीं मुरे बहिंदे, पिछे आके बह गई हो। ओ महाराणी पहले ही आके बह गई सी ते फिर मैं की करदी? ना माता क्यों झूठ बोलदे हो? ਉਹਨੇ ਕਿਹਾ ਤਾਂ ਸੀ ਤੁਹਾਨੂੰ ਕਿ ਅੱਗੇ ਬਹਿ ਜਾਓ, ਤੁਸੀਂ ਕਹਿੰਦੇ ਮੈਂ ਪਿੱਛੇ ਆਪਦੀ ਧੀ ਨਾ ਬਹਿਣਾ। ਚਲੋ ਜੀ ਛੱਡੋ, ਤੁਸੀਂ ਗੱਡੀ 2 ਮਿੰਟ ਸਾਈਡ ਤੇ ਲਾ ਲਓ। ਮੰਮੀ ਤੁਸੀਂ ਆ ਜਾਓ, ਅੱਗੇ ਬਹਿਣਾ ਤਾਂ ਬਹਿ ਜਾ। ਨਹੀਂ ਬਹਿ ਜਾ ਟਿਕ ਕੇ, ਮੈਂ ਪਿੱਛੇ ਆਪਣੀ ਧੀ ਨਾਲ ਹੀ ਠੀਕ ਆ। ਵੈਸੇ ਮੰਮੀ ਲੋਕੀ ਆਪਣੀ ਔਕਾਤ ਬਹੁਤ ਜਲਦੀ ਭੁੱਲ ਜਾਂਦੇ ਨੇ, ਵਿਆਹ ਤੋਂ ਪਹਿਲਾਂ ਸਾਈਕਲਾਂ ਦੇ ਧੱਕੇ ਖਾਂਦੇ ਸੀ, ਹੁਣ ਗੱਡੀਆਂ ਦੀ ਹਵਾ ਕਰਦੇ ਨੇ। ਛੱਡ ਧੀਏ, ਆਪਾਂ ਦੋਨੋਂ ਹੈਗੀਆਂ ਤੇ ਹੈ ਅਗਲੇ ਨੂੰ ਅਗਲੇ ਦੀ ਔਕਾਤ ਦਿਖਾਉਣ ਵਾਸਤੇ। ਤੁਸੀਂ ਰਾਤ ਕਦੋਂ ਆਏ ਹੋ? ਮੈਂ ਤਾਂ ਪੈ ਗਈ ਸੀ। ਆਈ ਰਾਤੀ 9 ਕਿ 10 ਵਜੇ ਆਏ ਆ, ਹੈ ਨਾ ਆਰਤੀ? ਆਈ ਸੀ ਨਾ ਟਾਈਮ? ਆਈ ਕਿ ਟਾਈਮ ਸੀਗਾ? ਮੈਂ ਤੁਹਾਨੂੰ ਕਹਿੰਦੀ ਰਹੀ ਹਾਂ ਛੇਤੀ ਆ ਜਾਓ, ਛੇਤੀ ਆ ਜਾਓ, ਤੇ ਸਾਰੀ ਜਾਗੋ ਲੰਘ ਗਈ ਹੈ, ਫਿਰ ਤੁਸੀਂ ਆਇਓ? ਇਹ ਕੋਈ ਅਕਲ ਨਹੀਂ ਤੁਹਾਡੀ? ਭੈਣੇ ਤੂੰ ਆਪ ਹੀ ਦੱਸ ਦੇ, ਮੇਰੇ ਕੋਲ ਨਹੀਂ ਦਲਿੱਦਰਾਂ ਦਾ ਨਾਮ ਲਿਆ ਜਾਂਦਾ। ਮੈਥੋਂ ਨਹੀਂ ਤੁਹਾਡੀ ਨੌ ਦੀਆਂ ਸਿਫਤਾਂ ਦੱਸ ਹੁੰਦੀਆਂ, ਤੁਸੀਂ ਆਪੇ ਹੀ ਦੱਸ ਦਿਓ। ਆ ਮੇਰੀ ਦਲਿੱਦਰ ਨੂੰ ਇਹ ਘਰੋਂ ਨਿਕਲੇਗੀ ਤੇ ਤਾਂ ਹੀ ਮੈਂ ਤੁਰਾਂਗੀ, ਇਹ ਕਮਰੇ ਵਿੱਚ ਵੜ ਕੇ ਪਤਾ ਨਹੀਂ ਕਿਹੜੇ ਫੈਸ਼ਨ ਕਰਦੀ ਰਹਿੰਦੀ ਹੈ। ਮੰਮੀ ਐਵੇਂ ਨਾ ਆਪਣੀ ਨੂੰਹ ਦੇ ਮਗਰ ਪੈ ਜਾ ਕਰੋ, 2 ਜਵਾਕ ਨੇ, ਦੋਨੋਂ ਛੋਟੇ ਨੇ, ਉਹਨਾਂ ਨੂੰ ਤਿਆਰ ਕਰੇ ਕਿ ਆਪ ਤਿਆਰ ਹੋਵੇ, ਇਸ ਕਰਕੇ ਉਹਨੂੰ ਟਾਈਮ ਲੱਗ ਜਾਂਦਾ। ਦੀਦੀ ਤੂੰ ਚੁੱਪ ਕਰ, ਤੈਨੂੰ ਨਹੀਂ ਪਤਾ ਉਹ ਬਾਲੀ ਮੀਸਣੀ ਹੈ। ਜਿਨ੍ਹਾਂ ਦੀਆਂ ਗੱਲਾਂ ਕਰ ਰਹੇ ਹੋ ਹੈ ਕਿੱਥੇ ਨੇ? ਬੁਲਾਓ ਉਹਨਾਂ ਨੂੰ, ਮੈਂ ਮਿਲਣਾ ਹੈ ਉਹਨਾਂ ਨੂੰ। ਨਾਨੀ ਉਹ ਕਿੱਥੇ ਮਿਲਣਗੇ? ਜੇ ਉਹ ਰਾਤੀ ਆਏ ਹੋਣਗੇ ਤਾਂ ਮਿਲਣਗੇ, ਉਹ ਮੁੰਡਾ ਇਹਨਾਂ ਨੂੰ ਛੱਡ ਕੇ ਤੇ ਆਪ ਵਾਪਸ ਚਲਾ ਗਿਆ। ਹਾਂ ਕੀ ਹੋਇਆ ਫਿਰ, ਵਾਪਸ ਕਿਉਂ ਚਲੇ ਗਏ ਨੇ? ਨਾਨੀ ਜਾਂਦਾ ਹੋਇਆ ਮੈਨੂੰ ਭਰਾ ਦਾ ਫੋਨ ਆ ਗਿਆ ਸੀਗਾ, ਘਰੋਂ ਨਿਕਲਣ ਵਕਤ ਮੰਮੀ ਨੇ ਨੂੰਹ ਦਾ ਜੀਣਾ ਦੁੱਬਲ ਕੀਤਾ ਹੋਇਆ ਸੀ, ਤੇ ਗੱਡੀ ਵਿੱਚ ਆ ਮੈਡਮ ਉਹਨੂੰ ਟਾਂਚਾ ਮਾਰਦੀ ਆਈ ਹੈ, ਤੇ ਉਹ ਆਂਦੇ ਕਿਵੇਂ?
मम्मी जांदे जांदे तो मैनू ए भी कह गया कि जेडिया घर ते गड्डी च मेरी जनानी दी बेइज्जती करनो नहीं हटदियां ओ व्याह च की हटनगियां इस करके ओ कहंदा अपनी इज्जत अपने हाथ विच ते नानी ए छोटी वाली उनू औकात दियां टेंशन देंदी सी इनू थोड़ा समझा ਪਹਿਲਾਂ ਮੈਂ ਇਹਨਾਂ ਨੂੰ ਨਹੀਂ ਸਮਝਾ ਸਕਦੀ ਇਹ ਹੈਗੀ ਨੇ ਉੱਚੀ ਔਕਾਤ ਵਾਲੀਆਂ ਆਪਾਂ ਨੂੰ ਦੇਖਣੇ ਦੋਨੇ ਵਿਆਹ ਜਿਹੜੇ ਸਰ ਵਿਆਹ ਵਿੱਚ ਇਹਨਾਂ ਨੇ ਕਿਸੇ ਨੂੰ ਬੁਲਾਉਣਾ ਨਹੀਂ ਇਹਨਾਂ ਅਕਲ ਆਪੇ ਆ ਜਾਏਗੀ ਹਾਂ ਨਾਨੀ ਚੱਲ ਆਪਾਂ ਵਿਆਹ ਦੇਖਦੇ ਹਾਂ ਜਦੋਂ ਇਹਨਾਂ ਨੇ ਨੂੰਹ ਲਿਆਂਦੀ ਸੀ ਉਦੋਂ ਨਹੀਂ ਇਹਨਾਂ ਨੂੰ ਔਕਾਤ ਦਾ ਪਤਾ ਸੀ ਹੁਣ ਇਹ ਨੂੰਹ ਦੀ ਔਕਾਤ ਨਾਪਦੇ ਫਿਰਦੇ ਆ ਬਿੱਟੀ ਤੈਨੂੰ ਵਿਆਹ ਦੀ ਰੋਟੀ ਕਿੱਦਾਂ ਹਜਮ ਹੋਏਗੀ ਆਪਣੀ ਨੂੰਹ ਪੁੱਤਾਂ ਦਾ ਮਨ ਦੁਖੀ ਕਰਕੇ